ਪੰਜਾਬੀ ਆਰ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਰੰਮੀ ਰੰਧਾਵਾ ਅਤੇ ਐਲੀ ਮਾਂਗੜ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਜਿਸ 'ਚ ਹੁਣ ਵੱਡੇ ਗਰੇਵਾਲ ਨੇ ਐਲੀ ਮਾਂਗੜ ਦੀ ਸਪੋਰਟ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸਾਲ ਪਹਿਲਾਂ ਰੰਮੀ ਰੰਧਾਵਾ ਅਤੇ ਵੱਡੇ ਗਰੇਵਾਲ 'ਚ ਵੀ ਤਕਰਾਰ ਹੋ ਚੁੱਕਿਆ, ਜਦ ਰੰਮੀ ਰੰਧਾਵਾ ਨੇ ਸਟੇਜ 'ਤੇ ਵੱਡੇ ਗਰੇਵਾਲ ਨੂੰ ਬੁਰਾ ਭਲਾ ਕਿਹਾ ਸੀ। ਅਤੇ ਹੁਣ ਵੱਡੇ ਗਰੇਵਾਲ ਦੀ ਸਪੋਰਟ ਤੋਂ ਬਾਅਦ ਪ੍ਰਿੰਸ ਰੰਧਾਵਾ ਨੇ ਲਾਈਵ ਹੋ ਕੇ ਵੱਡੇ ਗਰੇਵਾਲ ਨੂੰ ਖਰੀਆਂ ਖਰੀਆਂ ਸੁਣਾਈਆਂ। ਆਓ ਦਿਖਾਈਏ ਤੁਹਾਨੂੰ ਉਹ ਵੀਡੀਓ। ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਛੋਟੇ ਵੀਰ ਵੱਲੋਂ ਪ੍ਰਿੰਸ ਰੰਧਾਵਾ, ਜਿਹਨਾਂ ਤੁਸੀਂ ਰੰਧਾਵਾ ਬ੍ਰਦਰ ਦੇ ਨਾਮ ਤੋਂ ਜਾਣਦੇ ਹੋ। ਅਤੇ ਜਿਹੜਾ ਮੁੱਦਾ ਭਖ ਰਿਹਾ ਹੈ ਸੋਸ਼ਲ ਮੀਡੀਆ 'ਤੇ, ਤੁਸੀਂ ਸਾਰੇ ਵੇਖ ਹੀ ਰਹੇ ਹੋ, ਕਿਉਂਕਿ ਸੱਚ ਸੱਚ ਹੁੰਦਾ ਹੈ ਅਤੇ ਝੂਠ ਝੂਠ। ਇੱਕ ਝੂਠ ਪਿੱਛੇ ਸਾਨੂੰ 100 ਝੂਠ ਬੋਲਣਾ ਪੈਂਦਾ, ਅਤੇ ਇੱਕ ਸੱਚ ਦੇ ਵਿੱਚ ਇੰਨੀ ਪਾਵਰ ਹੁੰਦੀ ਆ ਕਿ ਉਹ ਇੱਕ ਸੱਚ ਹੀ ਬਹੁਤ ਹੁੰਦਾ ਹੈ। ਇਸ ਕਰਕੇ ਜਿਹੜੀ ਗੱਲਬਾਤ ਚੱਲ ਰਹੀ ਹੈ ਐਲੀ ਮਾਂਗੜ ਦੀ ਸਾਡੇ ਨਾਲ, ਉਹ ਤਾਂ ਤੁਸੀਂ ਸਾਰੇ ਦੇਖ ਹੀ ਰਹੇ ਹੋ। ਅਤੇ ਇੱਕ ਵਿੱਚ ਹੋਰ ਚੂਚਾ ਜਿਹਾ ਬੋਲਿਆ ਅੱਜ ਵੱਡਾ ਗਰੇਵਾਲ। ਮੇਰੇ ਵੀਰ, ਆਪਣੀ ਪਹਿਲਾਂ ਸ਼ਕਲ ਵੇਖ, ਤੂੰ ਕੀ ਲੱਗਦਾ। ਕਿੰਨਾ ਕਿਤੇ ਸਟੇਸ਼ਨ 'ਤੇ ਪਾਉਣ ਦੀ ਰੇਹੜੀ ਲਾ ਰਹੀ ਹੈ, ਤਾਂ ਬਹੁਤ ਚੱਲਣੀ ਹੈ। ਇਸ ਕਰਕੇ ਆਪਣੀ ਔਕਾਤ ਵੇਖ ਕੇ ਬੋਲੀਦਾ, ਠੀਕ ਹੈ। ਆਪਣੇ ਬੁੱਲ ਵੇਖ ਸੜ ਕੇ ਸਵਾਹ ਹੋਏ ਆ, ਤੂੰ ਬੀੜੀਆਂ ਪੀ ਪੀ ਆਪਣੇ ਬੁੱਲ ਸੜ ਛੱਡੇ ਆ। ਇਸ ਕਰਕੇ ਜਿਹੜੀ ਵੀ ਗੱਲ ਕਰਨੀ ਹੈ, ਜਿਹੜੇ ਪੁੱਠੇ ਸਿੱਧੇ ਇਸ਼ਾਰੇ ਕਰਦੇ ਹੋ, ਮੈਂ ਉਹ ਇਸ਼ਾਰਾ ਕਰ ਵੀ ਨਹੀਂ ਸਕਦਾ, ਕਿਉਂਕਿ ਸਾਡੇ ਘਰੇ ਧੀਆਂ ਭੈਣਾਂ ਹੈਗੀਆਂ ਨੇ, ਸਾਨੂੰ ਪਤਾ ਆ ਕਿ ਇੱਜ਼ਤ ਸਕੀ। ਇਸ ਕਰਕੇ ਤੂੰ ਜੋ ਬੋਲਿਆ ਮੈਨੂੰ ਤੇਰਾ ਸਾਰਾ ਪਤਾ ਆ। ਜਿੱਥੇ ਜਾਂਦੇ ਹੋ, ਜਾਂ ਬਾਹਰ ਜਾਂਦੇ ਹੋ, ਫੋਰਨ ਜਾਂਦੇ ਹੋ, ਲੋਕਾਂ ਘਰੇ ਜਾ ਕੇ ਬੈਠੇ ਰਹਿੰਦੇ ਹੋ, ਤੁਹਾਡਾ 15 ਦਿਨ ਦਾ ਟੂਰ ਹੁੰਦਾ, ਅਤੇ 6-6 ਮਹੀਨੇ ਉੱਥੇ ਲਾ ਆਉਂਦੇ ਹੋ ਲੋਕਾਂ ਦੇ ਘਰਾਂ 'ਚ, ਤੁਸੀਂ ਉਹਨਾਂ ਦੇ ਏਟੀਐਮ ਸਵੈਪ ਕਰਾ ਕੇ ਉਹਨਾਂ ਨੂੰ ਖਾਲੀ ਕਰ ਆਉਂਦੇ, ਕੀ ਗੱਲ ਸਾਨੂੰ ਪਤਾ ਨਹੀਂ ਤੁਹਾਡੀ ਕਿੱਥੋਂ ਤੱਕ ਔਕਾਤ ਤੁਹਾਡੀ ਕੀ ਹੈਸੀਅਤ ਆ। ਮੈਂ ਨਹੀਂ ਬੋਲਣਾ, ਪਰ ਬੋਲਿਆ ਤਾਂ ਕਿ ਤੂੰ ਕਤੀੜੇ ਬੋਲੀ ਅੱਜ, ਠੀਕ ਹੈ ਨਾ। ਤੂੰ ਪਹਿਲਾਂ ਬੋਲਿਆ ਕਿੰਨਾ ਕਿ ਤੇਰੇ ਮਗਰ ਐਲੀ ਮਾਂਗੜ ਨੇ ਸਟੈਂਡ ਲਿਆ। ਬਈ ਯਾਰ, ਤੇਰੇ ਮਗਰ ਐਲੀ ਮਾਂਗੜ ਨੇ ਸਟੈਂਡ, ਜਿਹੜਾ ਤੂੰ ਸਟੈਂਡ ਲੈਂਦਾ ਫਿਰਦਾ, ਮੇਰੀ ਸੁਣ ਲਾ ਗੱਲ। ਜਿੱਥੇ ਹੈਗਾ ਨਾ ਬੈਠਾ ਰਿਹਾ, ਮੈਂ ਉਦੋਂ ਇੱਕ ਗੱਲ ਕੀਤੀ ਸੀਗੀ ਕਿ ਅਸੀਂ ਜਦੋਂ ਘਰੋਂ ਚੱਲੇ ਸੀ ਤੇ ਮੌਤ ਨੂੰ ਸਿਰ ਤੇ ਰੱਖ ਕੇ ਚੱਲੇ ਸੀ, ਤੇ ਅਸੀਂ ਮੌਤ ਨੂੰ ਆਪਣੇ ਸਿਰ ਤੇ ਰੱਖ ਕੇ ਚੁੱਕੀ ਫਿਰਦੇ ਹਾਂ ਬਸ। ਬਾਕੀ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਆਪਣੇ ਆਪ ਨੂੰ ਕੰਟਰੋਲ 'ਚ ਕਰ ਲਓ, ਚੰਗੇ ਰਹੋਗੇ। ਪੰਜਾਬ, ਪੰਜਾਬੀ ਅਤੇ ਪੰਜਾਬੀ ਦੀ ਸੇਵਾ ਕਰੋ, ਸੱਚ ਸੁਣੋ, ਸੱਚ ਵੇਖੋ ਅਤੇ ਸੱਚ ਹੀ ਲੋਕਾਂ ਨੂੰ ਸੁਣਾਓ।